ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਚਾਹੇ ਉਹ ਕਿਸੇ ਵੀ ਤਰ੍ਹਾਂ ਦੀਆਂ ਬਿਮਾਰੀਆਂ ਨੇ ਜੂਝ ਰਹੇ ਆ ਠੀਕ ਨਹੀਂ ਹੋ ਰਹੇ ਦਵਾਈਆਂ ਖਾ ਕੇ ਅੱਕ ਥੱਕ ਚੁੱਕੇ ਆ ਸਰੀਰ ਨੂੰ ਹੋਰ ਖਰਾਬ ਕਰ ਰਹੇ ਆ ਠੀਕ ਹੀ ਨਹੀਂ ਹੋ ਰਹੇ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਭਸਮਾ ਦੇ ਨਾਲ ਬਣੀਆਂ ਦਵਾਈਆਂ ਦੇ ਨਾਲ ਆਪਣੇ ਹਰ ਇੱਕ ਰੋਗ ਦਾ ਇਲਾਜ ਗਾਰੰਟੀ ਦੇ ਨਾਲ ਕਰਵਾ ਸਕਦੇ ਹਾਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ ਇਹ ਜਿਹੜਾ ਡਸਕਾ ਪਿੰਡ ਹੈ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਹੈ ਜਿਹੜੀ ਉਹ ਲਹਿਰਾਗਾਗਾ ਨੇੜੇ ਸ਼ਹਿਰ ਬਡਲਾ ਡਾਵੀ ਹੈ ਬਰੇਟਾ ਸ਼ਹਿਰ ਵੀ ਨੇੜੇ ਹੈ ਸੁਨਾਮ ਸ਼ਹਿਰ ਵੀ ਨੇੜੇ ਹੈ ਤੇ ਲਹਿਰਾਗਾਗਾ ਸ਼ਹਿਰ ਵੀ ਨੇੜੇ ਹੈ ਹਰ ਐਤਵਾਰ ਨੂੰ ਸਵੇਰੇ 7:00 ਵਜੇ ਤੋਂ ਲੈ ਕੇ ਸ਼ਾਮ ਦੇ 7:00 ਵਜੇ ਤੱਕ ਆਪਾਂ ਮਿਲਦੇ ਹਾਂ ਤੁਸੀਂ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹਾਂ ਅੱਜ ਜਿਸ ਵਿਸ਼ੇ 'ਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਹੈ ਸਾਡੇ ਗੁਪਤ ਰੋਗ ਮਰਦਾਂ ਦੇ ਗੁਪਤ ਰੋਗ ਸਾਡੇ ਕੋਲੇ ਕਈ ਪਰਿਵਾਰ ਆਉਂਦੇ ਆ ਆਪਣੇ ਬੱਚਿਆਂ ਨੂੰ ਲੈ ਕੇ ਜਿਹੜੇ ਹਲੇ ਨੌਜਵਾਨ ਨੇ 15 ਤੋਂ 20 ਸਾਲ ਦੇ ਵਿੱਚ ਉਮਰ ਹੈ ਤੇ ਬਿਲਕੁਲ ਸੈਕਸ ਕੰਨੀਓ ਡੈੱਡ ਹੋ ਜਾਂਦੇ ਆ ਵਿਆਹ ਦੇ ਕਾਬਲ ਹੀ ਨਹੀਂ ਰਹਿੰਦੇ ਸਾਡੇ ਕੋਲੇ 40 ਸਾਲ ਦੀ ਉਮਰ ਦੇ ਆਉਂਦੇ ਆ 30 ਤੋਂ 40 ਸਾਲ ਦੇ ਵਿੱਚ ਅੱਧ ਖੜ ਉਮਰ ਵਾਲੇ ਉਹ ਵੀ ਬਿਲਕੁਲ ਡੈਡ ਹੋ ਜਾਂਦੇ ਆ 50 ਤੋਂ 40 ਤੋਂ 80 ਸਾਲ ਦੇ ਵਿੱਚ ਬਜ਼ੁਰਗ ਆਉਂਦੇ ਆ ਜਿਹੜੇ ਕਾਫੀ ਡੈਡ ਹੋ ਜਾਂਦੇ ਆ ਸੋ ਅੱਜ ਕੱਲ ਸਾਡਾ ਜਿਹੜਾ ਸਮਾਜ ਇਦਾਂ ਦਾ ਚੱਲ ਰਿਹਾ ਸਾਡਾ ਖਾਣ ਪੀਣ ਇਦਾਂ ਦਾ ਹੋ ਗਿਆ ਸਾਡਾ ਰਹਿਣ ਸਹਿਣ ਇਦਾਂ ਦਾ ਹੋ ਗਿਆ ਦੇਖ ਦਿਖਾਈ ਸਾਡੀ ਇਦਾਂ ਦੀ ਹੋ ਗਈ ਜਿਹਦੇ ਨਾਲ ਜ਼ਿਆਦਾ ਇਹ ਰੋਗ ਹੈ ਜਿਹੜਾ ਸਾਨੂੰ ਕਵਰ ਕਰ ਰਿਹਾ ਨਮਰਦੀ ਦਾ ਇਹਦੇ ਤੇ ਖੁੱਲ ਕੇ ਕੋਈ ਵੀ ਬੋਲਦਾ ਨਹੀਂ ਸਮਾਜੀ ਤੌਰ ਤੇ ਇਸ ਚੀਜ਼ ਨੂੰ ਲੁਕੋ ਕੇ ਰੱਖਿਆ ਜਾਂਦਾ ਹੈ ਇਸੇ ਕਰਕੇ ਇਹਦੇ ਵਿੱਚ ਅਸੀਂ ਜ਼ਿਆਦਾ ਬਹੁਤ ਜ਼ਿਆਦਾ ਨੌਜਵਾਨ ਆਤਮ ਹੱਤਿਆ ਕਰ ਲੈਂਦੇ ਆ ਦੱਸ ਨਹੀਂ ਪਾਉਂਦੇ ਕਿਉਂਕਿ ਆਪਣੇ ਆਪ ਨੂੰ ਬਹੁਤ ਜ਼ਿਆਦਾ ਗਿਰਿਆ ਹੋਇਆ ਸਮਝਣ ਲੱਗ ਪੈਂਦੇ ਆ ਪਰ ਇਦਾਂ ਦਾ ਕੁਝ ਵੀ ਨਹੀਂ ਤੁਸੀਂ ਇਹ ਨੂੰ ਬਿਲਕੁਲ ਇੱਕ ਮਹੀਨੇ ਦੇ ਵਿੱਚ ਠੀਕ ਕਰ ਸਕਦੇ ਹੋ ਨ ਮਰਦੀ ਨੂੰ ਚਾਹੇ ਬਿਲਕੁਲ ਬੰਦਾ ਡੈੱਡ ਹੋਵੇ ਜਿਹੜਾ ਮੈਂ ਅੱਜ ਨੁਕਤਾ ਤੁਹਾਡੀ ਚੋਲੀ ਦੇ ਵਿੱਚ ਪਾਉਣ ਲੱਗਿਆ ਮਹਾਂਪ੍ਰਸ਼ਾਦਾ ਦੱਸਿਆ ਹੋਇਆ ਉਸ ਨੁਕਤੇ ਦੇ ਨਾਲ ਤੁਸੀਂ ਇਹ ਰਾਜੇ ਮਹਾਰਾਜੇ ਆਪਦੇ ਸਮੇਂ ਦੇ ਵਿੱਚ ਬਣਾ ਕੇ ਵਰਤਦੇ ਹੁੰਦੇ ਸੀਗੇ ਵੱਡੇ ਲੋਕ ਐਮੀ ਅਮੀਰ ਲੋਕ ਜਿਹੜੇ ਵੱਡੇ ਵੱਡੇ ਵੈਦਾਂ ਨੂੰ ਮਿਲਦੇ ਸੀ ਉਹਨਾਂ ਤੋਂ ਇਹ ਨੁਕਤਾ ਲੈਂਦੇ ਸੀ ਤੇ ਬਣਾ ਕੇ ਵਰਤਦੇ ਸੀਗੇ ਤੇ ਜਿੰਦਗੀ ਭਰ ਜਿੰਨਾ ਚਿਰ ਉਹਨਾਂ ਦੀ ਉਮਰ ਰਹਿੰਦੀ ਸੀ ਸੈਕਸ ਲਾਈਫ ਪੂਰੀ ਤਕੜੀ ਰਹਿੰਦੀ ਸੀ ਕਦੇ ਨਮਰਦ ਨਹੀਂ ਸੀ ਹੁੰਦੇ 10 10 ਔਰਤਾਂ ਨੂੰ ਖੁਸ਼ ਕਰਨ ਵਾਲਾ ਇਹ ਨੁਕਤਾ ਹੈ ਤੁਸੀਂ ਆਪ ਵਰਤੋ ਹੋਰਾਂ ਨੂੰ ਅੱਗੇ ਜ਼ਰੂਰ ਦੱਸਿਓ ਵੀਡੀਓ ਨੂੰ ਕੇ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਇਸ ਨੁਕਤੇ ਦੇ ਨਾਲ ਜਿਹੜੀਆਂ ਚੀਜ਼ਾਂ ਠੀਕ ਹੋਣੀਆਂ ਨੇ ਉਹ ਨੋਟ ਕਰ ਲਓ ਪਹਿਲੇ ਨੰਬਰ ਤੇ ਜਿੰਨਾ ਮਰਜੀ ਢਿੱਲਾਪਨ ਹੈ ਤੁਹਾਡੇ ਲਿੰਗ ਦੇ ਵਿੱਚ ਜਿੱਡਾ ਮਰਜੀ ਨਮਰਦੀ ਆ ਗਈ ਹੈ ਢਿੱਲਾਪਨ ਆ ਗਿਆ ਬਿਲਕੁਲ ਡੱਟਾ ਬੰਦਾ ਉਹ ਪਹਿਲੇ 7 ਦਿਨਾਂ ਦੇ ਵਿੱਚ ਬਿਲਕੁਲ ਚੱਲਦਾ ਹੋ ਜਾਏਗਾ ਸਰੀਰ ਜਿੱਡਾ ਮਰਜੀ ਢਿੱਲਾ ਪਾਣਾ ਉਹ ਪਹਿਲੇ 7 ਦਿਨਾਂ ਚ ਠੀਕ ਹੋ ਜਾਏਗਾ ਜਿੱਡੀ ਮਰਜੀ ਨਮਰਦੀ ਹੈ ਚਾਹੇ 20 ਸਾਲਾਂ ਤੋਂ ਨਮਰਦਾ ਉਹਨੂੰ ਆਪਾਂ 1 ਮਹੀਨੇ ਦੇ ਵਿੱਚ ਬਿਲਕੁਲ ਇਹ ਨੁਕਤਾ ਠੀਕ ਕਰ ਦੇਗਾ ਜਿਨ੍ਹਾਂ ਦੇ ਸ਼ਕਰਾਣੂ ਬਿਲਕੁਲ ਡੈੱਡ ਹੋ ਜਾਂਦੇ ਆ ਬੱਚੇ ਵਾਲੇ ਉਹਨਾਂ ਵਾਸਤੇ ਇਹ ਅਮਰਤਾ ਨੁਕਤਾ 1 ਮਹੀਨੇ ਦੇ ਵਿੱਚ ਸ਼ਕਰਾਣੂ ਉਹਨਾਂ ਦੇ ਇਹ ਨੁਕਤਾ ਜਿਹੜੇ ਪੂਰੇ ਕਰ ਦੇਗਾ ਜਿਨ੍ਹਾਂ ਦਾ ਵੀਰਜ ਬਿਲਕੁਲ ਪਤਲਾ ਹੋ ਗਿਆ ਹੈ ਸ਼ੀਘਰ ਪਤਨ ਹੋ ਜਾਂਦਾ ਹੈ ਸੈਕਸ ਟਾਈਮ 2-4 ਮਿੰਟ ਕੋਈ 1 ਮਿੰਟ ਹੀ ਲੇਡੀਜ਼ ਦੇ ਕੋਲ ਜਾਣ ਤੋਂ ਪਹਿਲਾਂ ਹੀ ਛੱਡ ਜਾਂਦੇ ਆ ਉਹਨਾਂ ਵਾਸਤੇ ਅਮਰਤ ਨੁਕਤਾ ਹੈ 15 ਤੋਂ 20 ਮਿੰਟ ਸੈਕਸ ਟਾਈਮਿੰਗ ਇਸ ਨੁਕਤੇ ਦੇ ਨਾਲ ਹੋ ਜੇਗੀ ਸੋ ਇਹ ਨੁਕਤਾ ਨੋਟ ਕਰ ਲਓ ਹੁਣ ਤੁਸੀਂ ਮੈਂ ਸ਼ਟਾਮ ਪੇਪਰ ਤੇ ਲਿਖ ਕੇ 10 ਲੱਖ ਤੱਕ ਦਾ ਨਾਮ ਦੇ ਸਕਦਾ ਤੁਸੀਂ ਇਸ ਨੁਕਤੇ ਨੂੰ ਵਰਤੋ ਤੁਹਾਨੂੰ ਨਮਰਦੀ ਬਿਲਕੁਲ ਖਤਮ ਹੋ ਜਾਏਗੀ ਸੈਕਸ ਟਾਈਮ ਬਿਲਕੁਲ ਠੀਕ ਹੋ ਜਾਏਗਾ ਢਿੱਲਾਪਨ ਬਿਲਕੁਲ ਠੀਕ ਹੋ ਜਾਏਗਾ ਔਰ ਸ਼ਕਰਾਣੂ ਬਿਲਕੁਲ ਪੂਰੇ ਹੋ ਜਾਣਗੇ ਸੈਕਸ ਦੀ ਤੁਹਾਨੂੰ ਇੱਕ ਵੀ ਬਿਮਾਰੀ ਨਹੀਂ ਰਹੇਗੀ ਤਾਂ ਤੈਸੋਪਣ ਦੋਸ਼ ਹੈ ਢਿੱਲਾਪਨ ਹੈ ਟੇਡਾਪਨ ਹੈ ਤੇ ਇਸੇ ਤਰ੍ਹਾਂ ਸ਼ਕਰਾਣੂ ਡੈਡ ਨੇ ਤੁਸੀਂ ਤੁਹਾਡਾ ਸਰੀਰ ਬਿਲਕੁਲ ਡੈਡ ਹੈ ਸੈਕਸ ਕਰਨ ਦੇ ਲਾਇਕ ਨਹੀਂ ਇੱਕ ਮਹੀਨੇ ਦੇ ਵਿੱਚ ਇਹ ਨੁਕਤਾ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਗਾ ਨੋਟ ਕਰ ਲਓ ਜਿਹੜੀਆਂ ਚੀਜ਼ਾਂ ਤੁਸੀਂ ਇਸ ਨੁਕਤੇ ਦੇ ਵਿੱਚ ਲੈਣੀਆਂ ਹਨ ਉਹ ਤੁਸੀਂ ਸਾਰਿਆਂ ਨਾਲੋਂ ਪਹਿਲਾਂ ਭਸਮਾਂ ਨੇ ਜਿਹੜੀਆਂ ਉਹ ਨੋਟ ਕਰ ਲਓ ਇਹ ਜਿਹੜੀਆਂ ਭਸਮਾਂ ਨੇ ਉਹ 10-10 ਗ੍ਰਾਮ ਨੇ ਲੈਣੀਆਂ ਨੇ ਕੁਝ ਕੁ ਚੀਜ਼ਾਂ ਇੱਕ-ਇੱਕ ਗ੍ਰਾਮ ਨੇ ਉਹ ਨੋਟ ਕਰ ਲਓ ਇਹਦੇ ਵਿੱਚ ਆ ਤੁਲਦਾਤਾ ਸ਼ਕਤੀ ਜੋਗ ਹੈ ਜਿਹੜਾ ਉਹ 10 ਗ੍ਰਾਮ ਲੈਣਾ ਹੈ ਮੁਕਤਾ ਸ਼ਕਤੀ ਭਸਮ 10 ਗ੍ਰਾਮ ਲੈਣੀ ਹੈ ਚਾਂਦੀ ਭਸਮ ਹੈ ਜਿਹੜੀ ਉਹ 2 ਗ੍ਰਾਮ ਲੈਣੀ ਹੈ ਲੋਹਾ ਭਸਮ 10 ਗ੍ਰਾਮ ਲੈਣੀ ਹੈ ਤਾਂਬਾ ਭਸਮ 10 ਗ੍ਰਾਮ ਲੈਣੀ ਹੈ ਤੇ ਸਿੱਧ ਮਕਰ ਧਵਜ 10 ਗ੍ਰਾਮ ਲੈਣੀ ਹੈ ਸੋਨਾ ਭਸਮ ਹੈ ਜਿਹੜੀ ਉਹ 1 ਗ੍ਰਾਮ ਲੈਣੀ ਹੈ ਬੰਗਪਾਸਮੈ ਜਿਹੜੀ ਉਹ 10 ਗ੍ਰਾਮ ਲੈਣੀ ਹੈ ਇਸੇ ਤਰ੍ਹਾਂ ਤਿਰੰਗਪਾਸਮੈ ਜਿਹੜੀ ਉਹ 10 ਗ੍ਰਾਮ ਲੈਣੀ ਹੈ ਸਿਰੰਗਪਾਸਮੈ ਜਿਹੜੀ ਉਹ 10 ਗ੍ਰਾਮ ਲੈਣੀ ਹੈ ਸਿੰਗਰਫਪਾਸਮੈ ਜਿਹੜੀ ਉਹ ਤੁਸੀਂ 20 ਗ੍ਰਾਮ ਪਾਉਣੀ ਹੈ ਗਲੋਏ ਦਾ ਸਤ ਲੈਣਾ ਹੈ 10 ਗ੍ਰਾਮ ਤੇ ਇਸੇ ਤਰ੍ਹਾਂ ਚੰਦਰ ਹਾਸ ਰਸ ਹੈ ਜਿਹੜਾ ਉਹ ਲੈਣਾ ਹੈ 10 ਗ੍ਰਾਮ ਹੀਰਾ ਧਸਮੈ ਜਿਹੜੀ ਉਹ 1 ਗ੍ਰਾਮ ਲੈਣੀ ਹੈ ਕਸਤੂਰੀ ਹੈ ਜਿਹੜੀ ਵਧੀਆ ਪ्योर ਰਿਜਨਲ ਉਹ 1 ਗ੍ਰਾਮ ਲੈਣੀ ਹੈ ਕੇਸਰ ਹੈ ਜਿਹੜਾ ਉਹ 10 ਗ੍ਰਾਮ ਲੈਣਾ ਹੈ ਅਬਰਕ ਭਸਮ ਜਿਹੜੀ ਉਹ 10 ਗ੍ਰਾਮ ਲੈਣੀ ਹੈ ਰਸੌਂਤ ਭਸਮ 10 ਗ੍ਰਾਮ ਲੈਣੀ ਹੈ 나ਗ ਭਸਮ 10 ਗ੍ਰਾਮ ਲੈਣੀ ਹੈ 나ਗ ਕੇਸਰ 10 ਗ੍ਰਾਮ ਲੈਣਾ ਤੇ ਇਸੇ ਤਰ੍ਹਾਂ ਬਸੰਤ ਉਸਮਾਰਕ ਰਸ ਹੈ ਜਿਹੜਾ ਉਹ 5 ਗ੍ਰਾਮ ਲੈ ਇਹ ਸਾਰੀਆਂ ਭਸਮਾਂ ਨੋਟ ਕਰ ਲੈਣੀਆਂ ਨੇ ਹੁਣ ਜਿਹੜੀਆਂ ਜੜੀਆਂ ਬੂਟੀਆਂ ਲੈਣੀਆਂ ਨੇ ਉਹ ਨੋਟ ਕਰ ਲਓ ਸ਼ਤਾਵਰ ਲੈਣਾ ਹੈ 50 ਗ੍ਰਾਮ ਅਸ਼ਵਗੰਧਾ 50 ਗ੍ਰਾਮ ਮੁਸਲੀ ਕਾਲੀ ਤੇ ਚਿੱਟੀ 50 50 ਗ੍ਰਾਮ ਕੌਂਜ ਬੀਜ ਕਾਲੇ ਤੇ ਚਿੱਟੇ 50 50 ਗ੍ਰਾਮ ਸਾਲਮ ਪੰਜਾ 50 ਗ੍ਰਾਮ, ਸਾਲਮ ਮਿਸ਼ਰੀ 50 ਗ੍ਰਾਮ, ਵਿਹਦਾਰੀ ਗੰਧ 50 ਗ੍ਰਾਮ, ਜੁੰਦ 50 ਗ੍ਰਾਮ, ਛੋਟੀ ਇਲਾਇਚੀ 50 ਗ੍ਰਾਮ, ਮਗਾ 50 ਗ੍ਰਾਮ, ਸੁੰਡ 50 ਗ੍ਰਾਮ, ਅਲਸੀ 50 ਗ੍ਰਾਮ, ਕਾਲੇ ਤਿਲ 50 ਗ੍ਰਾਮ, ਤਤੂਰੇ ਦੇ ਬੀਜ ਸ਼ੁੱਧ ਕੀਤੇ ਹੋਏ 50 ਗ੍ਰਾਮ, ਕੁਚਲਾ ਸ਼ੁੱਧ ਕੀਤਾ ਹੋਇਆ 50 ਗ੍ਰਾਮ, ਜਵਾਇਤਰੀ 50 ਗ੍ਰਾਮ ਤੇ ਅਕਰਕਰਾ ইরਾਨੀ 50 ਗ੍ਰਾਮ, ਅਕਰਕਰਾ ਇੰਡੀਅਨ 50 ਗ੍ਰਾਮ, ਮੂਸਲੀ ਕਾਲੀ ਤੇ ਚਿੱਟੀ ਦੋਨੇ 50 50 ਗ੍ਰਾਮ ਮੂਸਲੀ ਸਿੰਬਲ 50 ਗ੍ਰਾਮ ਲੋਧ ਪਠਾਣੀ ਹੈ ਜਿਹੜੀ 50 ਗ੍ਰਾਮ ਬੰਸ ਲੋਚਣ ਹੈ ਜਿਹੜਾ 50 ਗ੍ਰਾਮ ਜੈਫਲ 100 ਗ੍ਰਾਮ ਲੈਣਾ ਹੈ ਤੇ ਕਾਕੜਾ ਸਿੰਗੀ ਹੈ ਜਿਹੜੀ ਉਹ 50 ਗ੍ਰਾਮ ਲੈ ਇਹ ਸਾਰੀਆਂ ਜੜੀ ਬੂਟੀਆਂ ਪੀਸ ਲੈਣੀਆਂ ਨੇ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਬਰੀਕ ਕਰ ਲੈਣੀਆਂ ਨੇ ਇਹਦੇ ਵਿੱਚ ਤੁਸੀਂ ਇਹ ਸਾਰੀਆਂ ਆਪਾਂ ਸਮਾਨ ਜਿਹੜੀਆਂ ਉਹ ਮਿਲਾ ਦੇਣੀਆਂ ਚੰਗੀ ਤਰ੍ਹਾਂ ਮਿਲਾ ਕੇ ਮਿਕਸ ਕਰਕੇ ਰੱਖ ਲੈਣੀਆਂ ਲੈਣ ਦੀ ਵਿਧੀ ਹੈ ਜਿਹੜੀ ਇੱਕ ਚਮਚ ਦਵਾਈ ਸਵੇਰੇ ਖਾਲੀ ਪੇਟ ਇੱਕ ਗਲਾਸ ਦੁੱਧ ਉਬਾਲ ਕੇ ਉਹਦੇ ਚ ਇੱਕ ਚਮਚਾ ਦੇਸੀ ਘਿਓ ਘਰ ਦਾ ਬਣਾਇਆ ਹੋਇਆ ਪਾ ਕੇ ਉਹਦੇ ਨਾਲ ਇਹ ਇੱਕ ਚਮਚ ਦਵਾਈ ਸਵੇਰੇ ਖਾਲੀ ਪੇਟ ਲੈਣੀ ਹੈ ਤੇ ਰਾਤ ਨੂੰ ਰੋਟੀ ਤੋਂ ਇੱਕ ਘੰਟਾ ਪਹਿਲਾਂ ਇੱਕ ਚਮਚਾ ਦਵਾਈ ਉਵੇਂ ਦੁੱਧ ਦੇ ਵਿੱਚ ਘਿਓ ਪਾ ਕੇ ਭਰੇਜੇ ਦੇ ਵਿੱਚ ਤਲੀਆਂ ਹੋਈਆਂ ਚੀਜ਼ਾਂ ਸ਼ਰਾਬ ਤੇ ਖੱਟੀ ਅਮਲੀ ਦਾ ਰੱਖੋ ਮੈਂ ਗਰੰਟੀ ਨਾਲ ਦਾਅਵੇ ਨਾਲ ਕਹਿੰਨਾ 10 ਲੱਖ ਤੱਕ ਦਾ ਸ਼ਟਾਮ ਤੇ ਲਿਖ ਕੇ ਇਨਾਮ ਦੇਣ ਨੂੰ ਤਿਆਰ ਆ ਇਸ ਨੁਕਤੇ ਨੂੰ ਤੁਸੀਂ ਵਰਤ ਲਓ ਤੁਹਾਨੂੰ ਨਮਰਦੀ ਤੁਹਾਡੇ ਨੇੜੇ ਵੀ ਨਹੀਂ ਰਹੇਗੀ 50 ਸਾਲ ਦੀ 70 ਸਾਲ ਦੀ ਉਮਰ ਦੇ ਵਿੱਚ ਵੀ 20 ਸਾਲ 25 ਸਾਲ ਵਾਲਾ ਨੌਜਵਾਨੀ ਵਾਲੀ ਤਾਕਤ ਜੋਸ਼ ਆ ਜਾਏਗਾ ਜਿੱਤੀ ਮਰਜੀ ਨਮਰਦੀ ਹੈ ਡੈਡ ਹੈ ਬਿਲਕੁਲ ਬੰਦਾ ਸੈਕਸ ਕਰਨੀਓ ਇੱਕ ਮਹੀਨੇ ਦੇ ਵਿੱਚ ਬਿਲਕੁਲ ਠੀਕ ਹੋ ਜਾਏਗਾ ਇਸੇ ਤਰ੍ਹਾਂ ਹੀ ਜੱਟੇ ਮਰਜੀ ਸ਼ਕਰਾਣੂ ਨਿੱਲ ਨੇ ਇੱਕ ਮਹੀਨੇ ਦੇ ਵਿੱਚ ਨੁਕਸਾ ਜਿਹੜਾ ਪੂਰੇ ਕਰ ਦੇਗਾ ਰਾਜੇ ਮਹਾਰਾਜਿਆਂ ਵਾਲਾ ਨੁਕਸਾ ਹੈ 10-10 ਔਰਤਾਂ ਨੂੰ ਇਸ ਨੁਕਤੇ ਨੂੰ ਖਾ ਕੇ ਉਹ ਖੁਸ਼ ਕਰਦੇ ਸੀਗੇ ਆਪਣੀਆਂ ਰਾਣੀਆਂ ਨੂੰ 10-10 ਰੱਖਦੇ ਸੀਗੇ ਤੁਸੀਂ ਇਸ ਨੁਕਤੇ ਨੂੰ ਵਰਤ ਕੇ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹੋ ਆਪਣੇ ਘਰ ਦੇ ਵਿੱਚ ਕਲੇਸ਼ਾਂ ਨੂੰ ਮਿਟਾ ਸਕਦੇ ਹੋ ਬਾਕੀ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਂ ਮਰੀਜ਼ਾਂ ਨੂੰ ਮਿਲਦਾ ਤੁਸੀਂ ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ ਬਾਕੀ ਇਹ ਸਾਰੀ ਦਵਾਈ ਬਣੀ ਹੋਈ ਅਸੀਂ ਵੀ ਐਤਵਾਰ ਨੂੰ ਪਿੰਡ ਡਸਕੇ ਚ ਦਿੰਨੇ ਆ ਤੁਸੀਂ ਆਪ ਵੀ ਬਣਾ ਸਕਦੇ ਹੋ ਬਾਕੀ ਮੈਂ ਹਰ ਕਮਰੀਜ਼ ਨੂੰ ਆਪਣੇ ਇਸ ਦਫ਼ਤਰ ਦੇ ਵਿੱਚ ਇਕੱਲੇ ਨੂੰ ਮਿਲਦਾ ਗੁਪਤ ਤੌਰ ਤੇ ਕਿਸੇ ਤਰ੍ਹਾਂ ਦਾ ਕਿਸੇ ਦੇ ਸਾਹਮਣੇ ਕੋਈ ਪ੍ਰੋਬਲਮ ਨਹੀਂ ਪੁੱਛੀ ਜਾਂਦੀ ਇਕੱਲਾ ਮਰੀਜ਼ ਮੇਰੇ ਕੋਲੇ ਅੰਦਰ ਆਉਂਦਾ ਉਸ ਦਾ ਇਕੱਲੇ ਦੀ ਨਬਜ਼ ਦੇਖ ਕੇ ਗਰੰਟੀ ਦੇ ਨਾਲ ਇਲਾਜ ਕੀਤਾ ਜਾਂਦਾ ਹੈ ਕਦਾਂ ਮਰਜੀ ਕੋਈ 20 ਸਾਲਾਂ ਤੋਂ ਨ ਮਰਦਾ ਸੈਕਸ ਟਾਈਮ ਬਿਲਕੁਲ ਡੈਡ ਹੈ ਸ਼ਕਰਾਣੂ ਬਿਲਕੁਲ ਡੈਡ ਨੇ ਗਰੰਟੀ ਸ਼ਟਾਮ ਪੇਪਰ ਤੇ ਲਿਖ ਕੇ ਮੇਰੇ ਤੋਂ ਲੈ ਲਓ ਗਰੰਟੀ ਦੇ ਨਾਲ 1 ਮਹੀਨੇ ਦੇ ਵਿੱਚ ਆਪਾਂ ਇਲਾਜ ਕਰਦੇ ਆ ਇਹਨਾਂ ਰੋਗਾਂ ਦਾ ਬਾਕੀ ਹੋਰ ਵੀ ਜਿੰਨੇ ਰੋਗ ਨੇ ਉਹਨਾਂ ਦਾ ਵੀ ਸਾਰਿਆਂ ਦਾ ਗਰੰਟੀ ਦੇ ਨਾਲ ਆਪਾਂ ਇਲਾਜ ਕਰਦੇ ਆ ਤੁਸੀਂ ਮੈਨੂੰ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮਿਲ ਕੇ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ ਸੋ ਹਰ ਐਤਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਹੋਓ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਕੋਲੇ ਪਹਿਲ ਦੇ ਆਧਾਰ ਤੇ ਪਹੁੰਚ ਸਕੇ ਬਾਕੀ ਨੌਜਵਾਨਾਂ ਦੇ ਜਿੰਨੇ ਵੀ ਰੋਗ ਨੇ ਚਾਹੇ ਉਹ ਸੈਕਸ ਟਾਈਮਿੰਗ ਹੈ ਨਮਰਦੀ ਹੈ ਸ਼ਕਰਾਣੂ ਨੇ ਤਾਂ ਤੈ ਸੁਭਨ ਦੋਸ਼ ਹੈ ਲਿੰਗ ਦਾ ਛੋਟਾ ਪਾਣਨਾ, ਪਤਲਾ ਪਾਣਨਾ, ਟੇਡਾ ਪਾਣਨਾ ਇਹਨਾਂ ਦਾ ਗਰੰਟੀ ਦੇ ਨਾਲ ਆਪਾਂ ਪਿੰਡ ਡਸਕੇ ਦੇ ਵਿੱਚ ਇਲਾਜ ਕਰਦੇ ਆਂ। ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹਾਂ। ਸਭ ਦਾ ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।